ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਅਮਰੀਕਾ ਤੋਂ ਆਈ ਵੱਡੀ ਖਬਰ ਇਸ ਘਾਹ ਨੇ ਭਾਰਤੀਆਂ ਨੂੰ ਕੀਤਾ ਕਿ ਗ੍ਰਿਫਤਾਰ ਕੈਨੇਡਾ ਬਾਰਡਰ ਤੋਂ ਕਰ ਰਹੀ ਸੀ ਆ ਕੰਮ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲੈਕ ਆਨ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਜਲਦੀ ਵੱਡੀ ਖਬਰ ਸਾਡੇ ਸਾਹਮਣੇ ਅਮਰੀਕੀ ਸਰਦੀ ਅਧਿਕਾਰੀਆਂ ਵੱਲੋਂ ਇਹਨਾਂ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਉਮਰ 19 ਸਾਲ ਤੋਂ 21 ਸਾਲ ਦੇ ਵਿਚਕਾਰ ਸੀ ਉੱਥੇ ਇਸ ਕਰਨ ਨੂੰ ਲੈ ਕੇ ਯੂਐਸਾ ਕਸਟਮ ਦੇ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਂਟਰ ਰੇਸਿੰਗ ਮੋਹੋਕ ਕੰਬਾਈਨ ਪੁਲਿਸ ਵਿਭਾਗ ਇੱਕ ਵੇਨਾਸਤੇ ਮੋਹੋਕ ਪੁਲਿਸ ਸਰਵਿਸ ਅਤੇ ਹੋਂਗਨ ਸਰਬ ਇੱਕ ਵਿਸਨਾਏ ਵਲੰਟੀਅਰ ਫਾਇਲ ਡਿਪਾਰਟਮੈਂਟ ਮਾਨੇਸਾ ਨੇ ਬਾਰਡਰ ਜੰਟਾ ਦੀ ਮਦਦ ਨਾਲ ਸਵੇਰੇ ਤੜਕੇ ਤਸਕਰੀ ਦੀ ਇੱਕ ਅਸਫਲ ਕੋਸ਼ਿਸ਼ 'ਚ ਬਾਂਸ ਸੱਤ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ 19 ਤੋਂ 21 ਸਾਲ ਦੀ ਉਮਰ ਦੇ ਭਾਰਤੀ ਸ਼ਹਿਰ ਨਾਗਰਿਕਾਂ ਜਿਨ੍ਹਾਂ ਨੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਕੇ ਏਲੀਅਨ ਦੁਆਰਾ ਗਲਤ ਪ੍ਰਵੇਸ਼ ਕੀਤਾ ਗਿਆ। ਜੀ ਹਾਂ ਇਸ ਤੋਂ ਇਲਾਵਾ ਸਤਵਾਂ ਵਿਅਕਤੀ ਅਮਰੀਕਾ ਰਾਹਿਨ ਆਗ੍ਰਿਕ ਹੈ ਜਿੱਥੇ ਕੀ ਏਲੀਨ ਦਾ ਸ੍ਰੀ ਦਾ ਦੋਸ਼ ਲੱਗਾ ਹੈ ਤੇ ਬੇहद ਕੋਰ ਅਪਰਾਧ ਹੈ ਤੇ ਹਰੇਕ ਉਲੰਘਣਾ ਲਈ ਜੁਰਮਾਨਾ ਨਾਲ ਹੀ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਜਿਕਰ ਜੋ ਇੱਕ ਨੈਟ ਅਮਰੀਕਾ ਵੀ ਤਸਕਰੀ ਕਰਨ ਦੇ ਅਸਫਲ ਕੋਸ਼ਿਸ਼ ਦੌਰਾਨ ਡੁੱਬਦੀ ਕਿਸ਼ਤੀ ਤੋਂ ਫੜੇ ਗਏ ਇਹਨਾਂ ਲੋਕਾਂ ਖਿਲਾਫ ਹੁਣ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਖਬਰ ਦਾ ਲਾਸਟ ਸੈਕ ਦੇਖਣੇ ਤੁਹਾਡਾ ਬਹੁਤ ਬਹੁਤ